मुर्दाबाद, मोदी सरकार मुर्दाबाद, दोवें बावां तां मताओ भैणो दोवें बावां, मोदी सरकार मुर्दाबाद, कारपोरेट घराने मुर्दाबाद, कारपोरेट घराने मुर्दाबाद, कारपोरेट घराने मुर्दाबाद, ना चाक करो सरकार, किसाना मजदूर जावे। दूसरी बेनती आ भी मैनू टाइम का भी दस दिता जावे। ए तो बाद पुतले दे चार सफेरे असी खड़े हो जाना वा, और ओ तो बाद ओनू अग लाउणी आ ऑपरेट कराने ते ए ला मिसाल आ अपना। सो असी कारपोरेट घराणियां दे ही पुतले साड़न दा फैसला क्यों कीता वा, समझण वाली गल आ। कारपोरेट घराणे ही जड़े आ दुनिया दी सारी आर्थिकता नू अपने कब्जे विच लै के चला रहे आ। सारी दुनिया दियां नीतियां कारपोरेट घराणे बनाउंदे आ। मताओ भैणो जे रीजना मेरी गल सुन लोगी ओ ता फिर थोनू पता लग जू भी लड़ाई अगले बने किधर जा रही हैगी आ, ते लड़ाई ने अगले बने किधर नू रुख चाह करना। जिन्नियां भी दुनिया दियां सरकारां ने ओह सारियां सरकारां कारपोरेट घराणियां दियां नीतियां लागू कर दियां ने। साडे देश विच कहन नू सरकार मोदी जी हुणां दी आ, भाजपा दी आ, RSS वालियां दी आ, पर जिन्ना उन्हां दा मनो पिछे प्रोग्राम आ ओ सारे दा सारा कारपोरेट घराने चला रहे आ। अज भी चाहे साडियां जो भी चीज़ां वा तुसीं देख लो, चाहे साडे बंदरगाहां जिहड़े समुंदर नाल लगदियां ओह अदानी दे हत्थ चलियां गईयां, उन्हां ने वह मुल खरीद लिया कुछ नूं छड्ड के। जिन्ने भी हवाई अड्डे आ सारे दे सारे कारपोरेट घराणियां ने खरीद ले हैगे आ। जिन्ने एयरलाइनस आ जिहड़े हवाई चलाउण वालियां कंपनियां हवाई जहाज ਉਹ ਵੀ ਉਹਨਾਂ ਖਰੀਦ ਲਈਆਂ। ਆਵਾਜਾਈ ਦੇ ਸਾਧਨ ਵੇਖੋ ਮਾੜੇ ਜੇ, ਰੇਲ ਉਹਨਾਂ ਖਰੀਦ ਲਈ। ਆਹ ਜਿਹੜੀਆਂ ਸਾਡੀਆਂ ਸੜਕਾਂ ਇਹਨਾਂ 'ਤੇ ਉਹਨਾਂ ਦੇ ਟੋਲ ਪਲਾਜ਼ੇ ਲੱਗ ਗਏ। ਜਿੰਨੀ ਟਰਾਂਸਪੋਰਟ ਆ ਸਾਡੀ ਪੰਜਾਬ ਦੀ ਰੋਡ ਵਿੱਚ ਖਾਧੀ ਗਈ ਸਾਰੀ ਪ੍ਰਾਈਵੇਟ ਦੇ ਵਿੱਚ ਚਲੀ ਗਈ ਆ। ਜਿਹੜਾ ਖਨਣ ਦਾ ਥੱਲਿਓਂ ਚੀਜ਼ਾਂ ਖਾਨਾਂ ਦੇ ਵਿੱਚੋਂ ਕੱਢ ਕੇ ਪੈਦਾ ਕੀਤੀਆਂ ਜਾਂਦੀਆਂ ਉਹਨਾਂ 'ਤੇ ਕਾਰਪੋਰੇਟ ਦਾ ਕਬਜ਼ਾ। ਆਹ ਜਿਹੜਾ ਦੂਰ ਸੰਚਾਰ ਕਹਿੰਦੇ ਜਿਹੜਾ ਮੀਡੀਆ ਕੰਮ ਕਰਦਾ ਮੋਬਾਈਲ, ਇਹਨੂੰ BSNL ਨੂੰ ਖਾ ਕੇ ਜੀਓ ਰਿਲਾਇੰਸ ਕਬਜ਼ਾ ਕਰ ਗਿਆ, ਸਾਰੇ 'ਤੇ ਉਹਨਾਂ ਦਾ ਕਬਜ਼ਾ ਹੋ ਗਿਆ। ਜਿੰਨੇ ਭਾਰਤ ਦੇ ਬਾਜ਼ਾਰ ਆ ਸਾਰੇ ਬਾਜ਼ਾਰਾਂ ਦੇ ਉੱਤੇ ਕਾਰਪੋਰੇਟ ਦਾ ਗਲਬਾ ਹੋ ਗਿਆ ਵਾ। ਜਿੰਨਾ ਸਾਡਾ ਛੋਟਾ ਲਘੂ ਉਦਯੋਗ ਸੀਗਾ ਜਿਹਦੇ ਨਾਲ ਇੱਥੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਬਟਾਲਾ ਇਹ ਲਘੂ ਉਦਯੋਗ ਉਹ ਸਾਰੇ ਕਾਰਪੋਰੇਟ ਖਾ ਗਏ। ਜਿਹੜੀ ਛੋਟੀ ਦੁਕਾਨਦਾਰੀ ਰਹਿ ਗਈ ਆ ਉਹਨੂੰ ਵੱਡੇ ਸ਼ੋਪਿੰਗ ਮਾਲ ਖਾ ਰਹੇ ਹੈਗੇ ਆ। ਜਾਣੀ ਸਰਕਾਰਾਂ ਉਹ ਚਲਾ ਰਹੇ ਵੱਡੇ ਵੱਡੇ ਦੁਨੀਆ ਦੇ ਸਰਮਾਏਦਾਰ ਜਿਨ੍ਹਾਂ ਨੂੰ ਅਸੀਂ ਕਾਰਪੋਰੇਟ ਕਹਿੰਦੇ ਹਾਂ। ਤੁਹਾਨੂੰ ਪਤਾ ਲੱਗਦਾ ਕਹਿਣ ਕਿਹਨੂੰ ਡੇ, ਉਹ ਵੱਡੇ ਦੁਨੀਆ ਦੇ ਵਪਾਰੀ ਆ ਜਿਹਨੂੰ ਅਸੀਂ ਕਾਰਪੋਰੇਟ ਕਹਿੰਦੇ ਹਾਂ। ਇਸ ਕਰਕੇ ਉਹਨਾਂ ਦੀ ਅਰਥੀ ਸਾੜ ਰਹੇ ਹਾਂ। ਹੁਣ ਉਹਨਾਂ ਦਾ ਫੈਸਲਾ ਹੋ ਗਿਆ ਆਉਣ ਵਾਲੇ ਸਮੇਂ 'ਚ ਸਾਰਾ ਪਾਣੀ ਕਹਿੰਦੇ ਅਸੀਂ ਕਬਜ਼ੇ 'ਚ ਲੈ ਲੈਣਾ, ਬਿਜਲੀ ਸੈਕਟਰ ਅੱਧਾ ਕਬਜ਼ੇ 'ਚ ਲੈ ਲਿਆ, ਖੇਤੀ 'ਤੇ ਕਬਜ਼ਾ ਕਰਨ ਜਾ ਰਹੇ ਆ ਵੀ ਖੇਤੀ ਪੈਦਾਵਾਰੀ ਸਾਧਨ ਕਬਜ਼ੇ 'ਚ ਲੈ ਲਈਏ। ਇਸ ਕਰਕੇ ਮੋਦੀ ਜੀ ਅੱਖਾਂ ਬੰਦ ਕਰਕੇ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰ ਰਹੇ ਆ। ਇਸ ਕਰਕੇ ਅਸੀਂ ਕਾਰਪੋਰੇਟ ਘਰਾਣਿਆਂ ਦੀ ਅਰਥੀ ਸਾੜੀ ਆ। ਇਹ ਸਾਡਾ ਪ੍ਰੋਗਰਾਮ ਸੀ ਅਤੇ ਅੱਜ ਇਹ ਵੱਡੇ ਜ਼ਿਲ੍ਹਿਆਂ ਪੱਧਰਾਂ ਦੇ ਇਕੱਠ ਆ ਪੰਜਾਬ ਲੈਵਲ ਦੇ। ਕੱਲ੍ਹ ਪੂਰੇ ਪੰਜਾਬ ਦੇ ਪਿੰਡਾਂ 'ਚ ਅਸੀਂ ਅਰਥੀਆਂ ਸਾੜਨੀਆਂ ਹੈਗੀਆਂ। ਹਰ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਛੋਟਾ ਰਿਸਕਾ ਲੈਣਾ, ਰੇਹੜੀ ਲੈਣੀ ਆ, ਉੱਤੇ ਸਪੀਕਰ ਲਾਉਣਾ ਵਾ, ਸਪੀਕਰ ਸਾਡੇ ਅਰਗਾ ਨਾ ਹੋਵੇ ਜਿੱਦਾਂ ਅੱਜ ਹੋ ਗਿਆ, ਉਹ ਚੱਲੇ ਅਤੇ ਨਾਰੇ ਮਾਰ ਕੇ ਚਾਰ ਸਫੇਰੇ ਪਿੰਡ ਦੇ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਅਰਥੀ ਫੂਕ ਦੇਣੀ ਆ। ਪਿੰਡਾਂ ਦੇ ਵਿੱਚ ਗੱਲ ਜਾਵੇ ਵੀ ਆਹ ਅਸਲ ਸਾਡੇ ਦੁਸ਼ਮਣ ਹੈਗੇ ਆ, ਨਸ਼ਿਆਂ ਦੇ ਦੁਸ਼ਮਣ ਵੀ ਇਹ ਆ ਕਾਰਪੋਰੇਟ ਘਰਾਣੇ, ਮੋਦੀ ਅਤੇ ਪੰਜਾਬ ਸਰਕਾਰ।
ਇਹ ਰਲ ਕੇ ਜਿਹੜੇ ਸਾਡੇ ਸੱਤਾ 'ਚ ਬੈਠੇ ਲੀਡਰ ਆ, ਸਾਡਾ ਪੁਲਿਸ ਪ੍ਰਸ਼ਾਸਨ ਆ ਅਤੇ ਨਸ਼ਾ ਮਾਫੀਆ ਰਲ ਕੇ ਪੂਰੀ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈਗਾ ਵਾ। ਇਹ ਵੀ ਤੁਹਾਨੂੰ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ। ਅਸੀਂ ਮੰਗਾਂ ਕਿਹੜੀਆਂ ਚੱਕੀਆਂ ਥੋੜ੍ਹੇ ਟਾਈਮ 'ਚ ਮੈਂ ਵੀ ਦੱਸ ਦਾਂ। MSP ਗਰੰਟੀ ਕਾਨੂੰਨ ਇਹ ਹੈ ਕੀ ਆ? ਆਹ 23 ਫਸਲਾਂ ਦੀ ਸਰਕਾਰ ਰੇਟ ਤੈਅ ਕਰਦੀ ਆ ਫਸਲ ਦਾ। ਅਸਲ ਫਸਲ ਦਾ ਰੇਟ ਤੈਅ ਕਰਨਾ ਵੱਡਾ ਮਸਲਾ ਨਹੀਂ ਹੈ, ਇਹ ਤੈਅ ਕਰੀ ਚਲੋ। ਅਸਲ ਫਸਲ ਵਿੱਚੋਂ ਫਸਲ ਨੂੰ ਮੰਡੀ 'ਚੋਂ ਖਰੀਦਿਆ ਜਾਂਦਾ ਕਿ ਨਹੀਂ ਜਾਂਦਾ, ਇਹ ਵੱਡਾ ਸਵਾਲ ਆ। ਪੰਜਾਬ 'ਚ ਇਕੱਲਾ ਝੋਨਾ ਅਤੇ ਕਣਕ ਖਰੀਦੀ ਜਾਂਦੀ ਆ, ਥੋੜ੍ਹਾ ਜਿਹਾ ਗੰਨਾ ਅਤੇ ਕਪਾਹ, ਬਾਕੀ ਦੇਸ਼ ਦੇ ਸੂਬਿਆਂ ਵਿੱਚ ਕੋਈ ਚੀਜ਼ ਨਹੀਂ ਖਰੀਦੀ ਜਾਂਦੀ। ਅਸੀਂ ਕਹਿੰਦੇ ਤੁਸੀਂ 8500 ਰੁਪਈਆ ਰੇਟ ਕਣਕ ਦਾ ਦੇ, ਸੋਰੀ ਦਾਲਾਂ ਦਾ ਦੇਤਾ ਮੂੰਗੀ ਦਾ, ਪਰ ਮਾਰਕੀਟ ਦੇ ਵਿੱਚ ਉਹ ਤਾਂ 3500 ਰੁਪਈਏ ਨੂੰ ਵਿਕੀ ਆ, ਉਹਦਾ ਸਾਨੂੰ ਫਾਇਦਾ ਕੀ ਹੈਗਾ? ਮੱਕੀ ਦਾ 2000 ਤੱਕ ਰੇਟ ਲੈ ਗਏ, ਵਿਕੀ ਦਾ ਬਾਜ਼ਾਰ ਦੇ ਵਿੱਚ 800 ਨੂੰ ਹੈਗੀ ਆ, ਉਹਦਾ ਕੀ ਫਾਇਦਾ ਹੈਗਾ ਸਾਨੂੰ? ਤੇਲ ਬੀਜਾਂ ਦੇ ਰੇਟ ਕਿੰਨੇ ਰੱਖਤੇ, ਸਰੋਂ ਦਾ ਰੇਟ ਵਧਾ ਦਿੱਤਾ, ਵਿਕਦੀ ਤਾਂ ਉਹ 3500 'ਚ ਆ। ਸੋ ਫਸਲਾਂ ਦੇ ਰੇਟ ਇਕੱਲਾ ਤੈਅ ਕੀਤਿਆ ਨਹੀਂ ਕੁਛ ਹੋਣਾ, ਫਸਲਾਂ ਖਰੀਦ ਦੀ ਗਰੰਟੀ ਕਰੋ। ਅਤੇ ਜਿਹੜਾ MSP ਗਰੰਟੀ ਕਾਨੂੰਨ ਆ, ਜਿਹੜੀ ਫਸਲ ਦਾ ਰੇਟ ਤੈਅ ਹੋਊ, ਜੇ ਕੋਈ ਵਪਾਰੀ ਉਹਦੇ ਤੋਂ ਘੱਟ ਭਾਅ ਤੋਂ ਖਰੀਦੂਗਾ, ਉਹਦੇ 'ਤੇ ਪਰਚਾ ਹੋਊਗਾ, ਜਿਹਦੀ ਮੰਗ ਕਰਦੇ। ਬਹੁਤ ਵੱਡੀ ਮੰਗ ਆ, ਛੋਟੀ ਮੰਗ ਨਹੀਂ ਹੈਗੀ। ਇਹਦੇ ਵਾਸਤੇ ਲੱਖਾਂ ਲੋਕ ਚਾਹੀਦੇ ਆ, ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ, ਸਾਰੀ ਦੇਸ਼ ਦਾ ਕਿਸਾਨ ਮਜ਼ਦੂਰ ਇਕੱਠਾ ਹੋ ਕੇ ਲੜੇ, ਫਿਰ ਇਹ ਮੰਗ ਪੂਰੀ ਹੁੰਦੀ ਆ। ਦੂਜਾ, ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਅਨੁਸਾਰ, ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ ਕੀ ਆ? ਵੀ ਜਿੰਨਾ ਕਿਸਾਨਾਂ ਦੀ ਫਸਲ 'ਤੇ ਖਰਚਾ ਆ ਰਿਹਾ, ਉਹਦੇ 'ਚ ਕਹਿੰਦਾ 50% ਮੁਨਾਫਾ ਜੋੜ ਕੇ ਦਿਓ। ਇਹ ਹੁਣ ਤਾਂ ਸਾਡੀ ਫਸਲ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ ਹੁਣ ਜੋ ਹਾਲਾਤ ਆ, ਕਿਉਂਕਿ ਖੇਤੀ ਦੇ ਵਿੱਚ ਜਿਹੜੇ ਬੀਜ ਦਾ ਖਰਚਾ ਆ ਰਿਹਾ, ਖਾਦ ਦਾ ਖਰਚਾ ਆ ਰਿਹਾ, ਡੀਜ਼ਲ ਦਾ ਖਰਚਾ ਆ ਰਿਹਾ, ਖੇਤੀ ਮਸ਼ੀਨਰੀ ਦਾ ਖਰਚਾ ਆ ਰਿਹਾ, ਖੇਤੀ ਬੀਜਾਂ ਦਾ ਖਰਚਾ ਆ ਰਿਹਾ, ਉਹ ਕਿਤੇ ਵੱਧ ਆ। ਰੇਟ ਘੱਟ ਆ ਤਾਂ ਖਰਚਾ ਕਿਤੇ ਜ਼ਿਆਦਾ ਵਾ, ਇਸ ਕਰਕੇ ਖੇਤੀ ਘਾਟੇਮੰਦਾ ਕਿੱਤਾ ਹੋ ਰਿਹਾ। ਇਹ ਘਾਟੇਮੰਦੀ ਹੈ ਨਹੀਂ ਹੈ, ਇੱਕ ਹੋਰ ਸੁਣ ਲਿਓ, ਅਸੀਂ ਬੁੱਧੀਜੀਵੀਆਂ ਕੋਲ ਵੀ ਸੁਣਿਆ, ਆਹ ਦੇਸ਼ ਦੇ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹਾਂ। ਅਸੀਂ 1 ਕਿਲੋ ਕਣਕ ਸੁੱਟਦੇ ਆਪਣੀ ਪੈਲੀ 'ਚ, ਨਿਕਲਦੀ ਕਿੰਨੀ? 60 ਕਿਲੋ, 50 ਕਿਲੋ, ਵੱਧਦੀ ਆ ਕਿ ਘੱਟਦੀ ਆ? ਵੱਧਦੀ ਹੈਗੀ ਆ। ਤੁਸੀਂ ਕਾਰਖਾਨੇ ਵਾਲੇ ਨੂੰ ਦੇਖੋ, ਕਾਰਖਾਨੇ ਵਾਲੇ 'ਚ ਮਾਲ ਜਾਂਦਾ ਕੱਚਾ, 10 ਕੁਇੰਟਲ ਲੋਹਾ ਜਾਵੇ ਅਤੇ ਬਣ ਕੇ ਘੱਟਦਾ, 9 ਕੁਇੰਟਲ ਬਣੂਗਾ, ਵੇਸਟ ਜਾਊਗੀ। ਕਾਰਖਾਨੇ ਵਾਲੇ ਦੇ ਕਾਰਖਾਨੇ 'ਚ ਜਿੰਨਾ ਮਾਲ ਜਾਂਦਾ ਉਹ ਘੱਟ ਕੇ ਨਿਕਲਦਾ, ਫਿਰ ਵੀ ਉਹ ਕੀ ਹੈਗੇ ਆ? ਅਰਬਾਂਪਤੀ, ਕਰੋੜਾਂਪਤੀ। ਸਾਡੇ ਕਾਰਖਾਨੇ 'ਚ ਕਿਲੋ 20 ਪੈਂਦਾ, ਨਿਕਲਦਾ 50 ਕਿਲੋ। ਤੁਸੀਂ ਵੇਖੋ ਅਸੀਂ ਘਾਟੇ 'ਚ ਕਿਉਂ ਜਾਂਦੇ ਹਾਂ, ਕਿਉਂਕਿ ਸਾਡੀ ਚੀਜ਼ ਦਾ ਅਸਲ ਮੁੱਲ ਹੈ ਹੀ ਨਹੀਂ, ਅਸਲ ਸਵਾਲ ਇੱਥੇ ਖੜਾ। ਤੋ ਇਸ ਕਰਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਮੰਗਦੇ ਹਾਂ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ। ਕਹਿੰਦੇ ਇਵੇਂ ਦੇਸ਼ ਨਹੀਂ ਚੱਲ ਸਕਦਾ, ਅਸੀਂ ਕਹਿੰਦੇ ਠੀਕ ਆ। ਫਿਰ ਕਾਰਪੋਰੇਟ ਘਰਾਣਿਆਂ ਦਾ 10 ਲੱਖ ਕਰੋੜ ਰੁਪਈਆ ਸਾਲਾਨਾ ਮਾਫੀ ਕਿਉਂ ਬਈ? ਜਿਹੜੇ ਅਰਬਾਂਪਤੀ ਆ, ਖਰਬਾਂਪਤੀ ਆ, ਉਹਨਾਂ ਦਾ ਕਹਿੰਦੇ ਵਪਾਰ ਘਾਟੇ 'ਚ ਪੈ ਗਿਆ। ਸਾਡੀ ਦੇਸ਼ ਦੀ ਖਜ਼ਾਨਾ ਮੰਤਰੀ ਬੋਲਦੀ ਆ ਵੀ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ ਕੀਤਿਆਂ ਦੇਸ਼ ਤਰੱਕੀ ਕਰਦਾ। ਉਹ ਭਾਈ ਉਹਨਾਂ ਵਾਰੀ ਤਰੱਕੀ ਕਰਦਾ, ਸਾਡੇ ਵਾਰੀ ਘਾਟੇ 'ਚ ਕਿਉਂ ਜਾਂਦਾ? ਇਸ ਕਰਕੇ ਕਿਸਾਨ ਮਜ਼ਦੂਰ ਦੇ ਕਰਜ਼ੇ ਮਾਫੀ ਦੀ ਗੱਲ ਕਰਦੇ ਹਾਂ, 200 ਦਿਨ ਨਰੇਗਾ ਦੀ ਮੰਗ ਕਰਦੇ ਹਾਂ ਵੀ 200 ਦਿਨ ਨਰੇਗਾ 'ਤੇ ਕੰਮ ਦਿੱਤਾ ਜਾਵੇ ਮਜ਼ਦੂਰ ਨੂੰ, ਕਿਉਂਕਿ ਖਾਲੀ ਹੱਥ ਚੰਗੇ ਨਹੀਂ ਲੱਗਦੇ। ਜਿਹੜਾ ਲਖੀਮਪੁਰ ਖੀਰੀ 'ਚ ਕਾਂਡ ਹੋਇਆ, ਸਾਡੇ ਕਿਸਾਨਾਂ 'ਤੇ ਭਾਜਪਾ ਦੇ ਗੁੰਡਿਆਂ ਨੇ ਸਿੱਧੀਆਂ ਗੱਡੀਆਂ ਚਾੜੀਆਂ, ਸਿੱਧੇ ਕਿਸਾਨ ਮਾਰੇ ਆ। ਜਿਹੜਾ ਉਹਨਾਂ ਦਾ ਇਸ ਵੇਲੇ ਕੇਂਦਰ ਦਾ ਰਾਜ ਮੰਤਰੀ ਆ ਆਸ਼ੀਸ਼ ਮਿਸ਼ਰਾ, ਠੀਕ ਹੈ ਜੀ, ਟਹਿਣੀ ਮੰਤਰੀ ਮੰਡਲ 'ਚ ਬੈਠਾ, ਗੁੰਡਿਆਂ ਦੀ ਸਰਕਾਰ ਆ, ਉਹਦਾ ਮੁੰਡਾ ਜਮਾਨਤ 'ਤੇ ਆ ਕੇ ਬਾਹਰ ਘੁੰਮ ਰਿਹਾ, 'ਚ ਇੱਕ ਪੱਤਰਕਾਰ ਮਾਰਿਆ ਗਿਆ ਸੀ, ਉਹਦਾ ਇਨਸਾਫ ਲੈਣਾ। ਦਿੱਲੀ 'ਚ ਕੇਸ ਪਾਏ ਆ ਸਾਡੇ 'ਤੇ, ਉਹ ਵਾਪਸ ਕਰਾਉਣੇ ਆ। ਸ਼ਹੀਦਾਂ ਦਾ ਮੁਆਵਜ਼ਾ, ਨੌਕਰੀ, ਹੜ੍ਹਾਂ ਦਾ ਅਜੇ ਤੱਕ ਜਿਹੜੇ ਭਗਵੰਤ ਮਾਨ ਜੀ ਕਹਿੰਦੇ ਸੀ ਮੁਰਗੀ ਦਾ ਵੀ ਦੇ ਦਾਂਗੇ ਮੁਆਵਜ਼ਾ,
बकरी का भी दे देंगे। बंदे मरिया का नहीं मिलिया, फसलां मरिया का नहीं मिलिया, हजे भी नहीं मिलिया है ना। मोदी ने साड़ी बांह फड़ी हैगी आ। नशियां बारे तुसी जान दे जे भी जवानी नू कैवे को के मारिया जा रहा, व्यापार वास्ते ये नशा बपाया जा रहा, अद्धी स्वाद साड़ी जवानी बाहर जा रही आ, अद्धी नशिया च मर रही आ। ये बड़ी समस्या पंजाब ते देश की खड़ी आ। इत्ते लड़ाई जारी रख रहे हैं। जड़े भारत माला योजना तहत सड़क निकल रही पूरे देश च, ओदा मुआवजा दिते बगैर धक्के ना खो रहे आ। इहदे ते लड़ाई लड़ रहे हैं। आबाद कर किसानां नूं मालकी हक लैके देने आ, ओदी लड़ाई हजे लड़ी जा रही आ। सो इस करके भराओ आ मंगा मसले आ। सो एदो गां 18 जथेबंदियां ने फैसला कीता वा भी 15 नवंबर तो बाद सारे देश दे टोल फ्री करने हैगे आ। ओदी रूपरेखा आने वाले समय च लिखी जाऊगी। यह अंदोलन वड्डा होना वा। जथेबंदियां विच एके दी गल आ रही आ। असी कल भी प्रैस कॉन्फ्रेंस कीती आ, अज भी कहना चाहुंदे आ, असी एके दे बद्दे हैमी हैगे आ। असी भी वख वख जथेबंदियां दे आगुआं नाल मीटिंगां कीतियां, गल चलाई आ। असी एक अपना पक्ष स्पष्ट कर दिता। दिल्ली दा अंदोलन महान अंदोलन सी, ओदे विच बहुत वड्डे पद्धर ते बुद्धिजीवियां ने, NRI-आं ने, मीडिया दे भरावां ने, पत्रकारां ने, इत्थों तक गायकां ने, एक्टरां ने, सारे देश दे किसानां मजदूरां कमांतरी पद्धर ते बहुत वड्डा समर्थन मिलिया। असी दिल्ली तां जित के आए, हुण ओडे वड्डे फिर समर्थन की लोड़ हैगी आ। उदों बगैर मोर्चा बनना नहीं है। असी की चाहुंदे आ भी जड़ियां समस्या करके दिल्ली तो बाद पंजाब दे विच समस्या आईयां, उन्हां ते को जापता बना लिया जावे, कट्ठे रल के चलिया जावे, जड़ा कैदा कानून बने, जड़ियां मंगां ते घट्टो घट प्रोग्राम ते एका बने वो जनता नूं दस्या जावे। जड़ा भी कुछ किसान आगू, जड़ी को जथेबंदी वो जापता तोड़ दिया, वो लोग उन्हां नूं सजा देणगे। सो हुण कट्ठे होण दा टाइम आ ते दिल्ली वर्गे महान घोल शुरू करन दा समा आ गया। जे असी अपनी जथेबंदी वालों समझते हैगे आ भी दिल्ली दा अंदोलन चलना चाहीदा, फिर भराओ तैयारी भी ओहो जी करनी पऊगी। हुण भराओ तुसी खेती दे कम्मां दे रजेवे च जे असी समझदे आ, जे साडा वर्कर इन्ना सुहिरद आ भी असी वड्डा अंदोलन लड़ना, ते फिर करना की चाहीदा? दो मिंटां च आपां गल मुका देनी आ। फिर भरावो पिंडां दे विच लख लख रुपया फंड होना चाहीदा, फिर वड्डा अंदोलन लड़िया जाऊ। ये सही आ के गलत आ? ये लख लख रुपया जे पिंडां च गल लैके जाने आ भी मंगा मनाउणियां, फिर यह पूरा होना? हरेक पिंड दे विचों दो दो ट्रैक्टर ट्रालियां तैयार करनियां पैणगियां। किन्नियां? दो दो। फिर यह अंदोलन जितया जाना, हर परिवार नूं अपने घर सलाह करनी पऊगी। मोदी सरकार आ, किसे किस्म दा वार कर सकदी आ? जे असी सिर तली ते रख के नडार हो के सरकार दियां कारपोरेट विरोधी, मोदी सरकार दियां किसानां मजदूरां विरोधी नीतियां दे खिलाफ उठ खड़े होंने आ, और मन बना के आने भी असी अंदोलन करांगे, फिर सानू जितनों कोई भी रोक नहीं सकता हैगा। सो सानू मन बनाउणा पऊगा। सानू अपने घरां दे कम चों एक मां भैन, एक किसान, एक अपना धी पुत बेला करना पऊ। से असी थोड़ा जे घरां दे कम्मां दा नुकसान करा के भी जे ओह वड्डा अंदोलन जित लीए, हुण 2024 दीआं लक्षणां हैगीआं वा। हुण मौका हैगा वा मोदी नूं झुकाउण दा, हुण मौका हैगा वा किसानां मजदूरां दीआं मंगां मनवाउण दा। हुण इह मौके नूं ना खंजाइए ਤਾਂ ਆਹ ਸੁਨੇਹਾ ਤੁਹਾਂ ਲੈ ਕੇ ਜਾਣਾ ਮਾਵਾਂ ਭੈਣਾਂ ਨੇ, ਆਹ ਕਿਸਾਨਾਂ ਮਜ਼ਦੂਰਾਂ ਨੇ ਵੀ ਸਾਡੀ ਤਿਆਰੀ ਆ। ਜੇ ਤੁਸੀਂ ਇੱਥੋਂ ਹਾਂ ਕਰਦੇ ਹੋ, ਜੇ ਤੁਸੀਂ ਆਹ ਕੁਰਬਾਨੀਆਂ ਦੇਣ ਨੂੰ ਤਿਆਰ ਜੋ ਵੀ ਘਰਾਂ ਦੇ ਕੰਮ ਦਾ ਤਿਆਗ ਹੋਊਗਾ, ਪਿੰਡਾਂ ਵਿੱਚ ਫੰਡਾਂ ਦੀ ਝੁੱਠੀ ਵੱਜੂਗੀ, ਦੋ ਦੋ ਟਰੈਕਟਰ ਟਰਾਲੀਆਂ ਤਿਆਰ ਹੋਣਗੀਆਂ, ਜਿਸ ਕਿਸਮ ਦੀ ਵੀ ਕੁਰਬਾਨੀ ਦੇਣ ਦੀ ਲੋੜ ਪਈ ਤੁਸੀਂ ਕੁਰਬਾਨੀ ਦਿਓਗੇ, ਜੇ ਆਹ ਤੁਹਾਡੀ ਤਿਆਰੀ ਆ ਤੇ ਫਿਰ ਜਥੇਬੰਦੀਆਂ ਵੀ ਐਲਾਨ ਕਰਨਗੀਆਂ ਵੀ ਦਿੱਲੀ ਵਰਗਾ ਅੰਦੋਲਨ ਚੱਲਣਾ ਚਾਹੀਦਾ।
ਹੁਣ ਤੁਸੀਂ ਦੱਸ ਦਿਓ ਤੁਹਾਡੀ ਤਿਆਰੀ ਹੈਗੀ ਵੀ ਆ ਕਿ ਨਹੀਂ ਹੈਗੀ ਆ। ਦੋਹਰੇ ਸੋਚ ਲਓ, ਜਕਾਰਾ ਛੱਡ ਦੇਣੇ ਆ, ਬੋਲ ਬੋਲ ਸੋ ਨਿਹਾਲ। ਸੋ ਇਹ ਕੱਲਾ ਨਹੀਂ, ਜਦੋਂ ਅਸੀਂ ਲਾਈਵ ਸਰਕਾਰਾਂ ਦੇ ਸਾਹਮਣੇ ਬੋਲਦੇ ਹਾਂ ਉਹ ਕਰਕੇ ਵੀ ਵਿਖਾਉਣਾ ਪੈਂਦਾ। ਅੱਜ ਤੱਕ ਜਥੇਬੰਦੀ ਨੇ ਜੋ ਫੈਸਲਾ ਕੀਤਾ ਵਾ ਤੁਸੀਂ ਉਹਨੂੰ ਹਾਊ ਬਹੂ ਲਾਗੂ ਕੀਤਾ ਵਾ। ਹੁਣ ਵੀ ਜਿਹੜੇ ਫੈਸਲੇ ਹੋਣੇ ਆ, ਜੇ ਸਾਡੀਆਂ ਪਿੰਡਾਂ ਦੇ ਵਿੱਚ ਮਾਵਾਂ ਭੈਣਾਂ ਜਥੇਬੰਦ ਹੋ ਕੇ ਆਪਣੇ ਟੋਲੇ ਬਣਾ ਕੇ ਪਿੰਡਾਂ ਦੇ ਵਿੱਚ ਚਲੀਆਂ ਗਈਆਂ ਵੀ ਹੁਣ ਵੱਡਾ ਮੋਰਚਾ ਸ਼ੁਰੂ ਹੋਣ ਲੱਗਾ ਵਾ, ਤੇ ਭਰਾਓ ਉੱਠੋ, ਫੰਡ ਇਕੱਠਾ ਬੀਬੀਆਂ ਨੇ ਅੱਗੇ ਹੋ ਕੇ ਕਰਵਾਇਆ, ਭਰਾਵਾਂ ਨਾਲ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਹ ਦਿੱਤਾ, ਆਹ ਅਸੀਂ ਜਿੱਤ ਲਾਂਗੇ, ਵੱਡੀ ਗੱਲ ਨਹੀਂ ਹੈਗੀ। ਤੋ ਇਹ ਮਤਾਵਾਂ ਭੈਣਾਂ ਨੂੰ ਆਪਣੇ ਜਿਹੜੇ ਜਥੇਬੰਦੀ ਦੇ ਕੰਮ ਆ ਆਪਣੇ ਹੱਥ 'ਚ ਲੈਣੇ ਪੈਣਗੇ। ਹੁਣ ਦੋਹਰੇ ਸੋਚ ਕੇ ਦੱਸਿਓ, ਪ੍ਰਵਾਨ ਆ ਕਿ ਨਹੀਂ ਪ੍ਰਵਾਨ? ਸੋ ਇਸ ਕਰਕੇ ਕੋਈ ਵੀ ਮੰਗ ਅਧੂਰੀ ਨਹੀਂ ਛੱਡਦੇ ਹੈਗੇ। ਸਰਕਾਰ ਨੂੰ ਚੇਤਾਵਨੀ ਆ, ਮੰਡੀਆਂ 'ਚ ਹੜਤਾਲ ਖਤਮ ਹੋ ਗਈ ਸੈਲਰ ਮਾਲਕਾਂ ਦੀ। ਆਹ ਜਿਹੜੀ ਤੁਸੀਂ ਸਰਕਾਰੀ ਖਰੀਦ 'ਤੇ ਪਾਬੰਦੀਆਂ ਲਾ ਰਹੇ ਜੇ, ਆਧਾਰ ਕਾਰਡ ਲਿਆਓ, ਤੁਹਾਡਾ ਅੰਗੂਠਾ ਲੱਗੂ, ਜਿੰਨੇ ਪੈਲੀ ਠੇਕੇ ਦੇ ਦਿੱਤੀ ਆ ਉਹਨੂੰ ਕਿੱਥੋਂ ਲਿਆਓਗੇ? ਜਿਹੜੇ NRI ਸਾਰੇ ਦੁਆਬੇ ਦੇ ਬਾਹਰ ਚਲੇ ਗਏ ਆ ਉਹ ਬੰਦਾ ਕਿੱਥੋਂ ਲੈ ਕੇ ਆਓਗੇ? ਜਿਨ੍ਹਾਂ ਨੇ ਆਬਾਦ ਕੀਤੀਆਂ ਜ਼ਮੀਨਾਂ ਉਹ ਮਾਲਕੀ ਖਾਨੇ ਦੇ ਵਿੱਚ ਆਉਂਦੇ ਆ, ਉਹ ਮਾਲਕੀ ਦੇ ਹੱਕ ਨਹੀਂ ਹੈਗੇ, ਉਹ ਕਿੱਥੋਂ ਲਿਆਓਗੇ? ਸਾਡਾ ਬਾਪੂ ਚੜ੍ਹਾਈ ਕਰ ਗਿਆ, ਪੈਲੀ ਸਾਡੇ ਨਾਂ ਹੀ ਨਹੀਂ ਹੋਈ, ਉਹਦਾ ਅੰਗੂਠਾ ਕਿੱਥੋਂ ਲਵਾਓਗੇ? 20 ਪੰਗੇ ਨੇ ਸਾਡੇ। ਤਾਂ ਇਸ ਕਿਸਮ ਦੀਆਂ ਸ਼ਰਤਾਂ ਨਾ ਮੜੋ ਵੀ ਜਿਹਦੇ ਕਰਕੇ ਤੁਸੀਂ ਕਿਸਾਨਾਂ ਨੂੰ ਮੰਡੀਆਂ 'ਚੋਂ ਬਾਹਰ ਕੱਢੋ। ਇਹ ਸ਼ਰਤਾਂ ਅਸੀਂ ਪ੍ਰਵਾਨ ਨਹੀਂ ਕਰਾਂਗੇ। ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਆ, ਉਹ ਮੂੰਹ ਖੋਲ੍ਹੇ ਕੇਂਦਰ ਦੇ ਖਿਲਾਫ ਵੀ ਇਹੋ ਜਿਹੀਆਂ ਸ਼ਰਤਾਂ ਨਹੀਂ ਚੱਲਣ ਦੇਵਾਂਗੇ। ਪਰਾਲੀ ਵਾਲੇ ਮਸਲੇ 'ਤੇ ਅਸੀਂ ਪ੍ਰਦੂਸ਼ਣ ਬਿਲਕੁਲ ਨਹੀਂ ਚਾਹੁੰਦੇ, ਪਰ ਮੀਡੀਆ 'ਤੇ ਇਕੱਲੇ ਕਿਸਾਨਾਂ ਦੀ ਪ੍ਰਦੂਸ਼ਣ ਦੀ ਗੱਲ ਆਉਂਦੀ ਆ, ਜਿਹੜਾ 7% ਆ। ਆਹ ਇੰਡਸਟਰੀ 51% ਪ੍ਰਦੂਸ਼ਣ ਕਰਦੀ ਆ, ਆਹ ਸਾਡਾ ਆਵਾਜਾਈ ਦੇ ਸਾਧਨ 15% ਪ੍ਰਦੂਸ਼ਣ ਕਰਦੇ ਹੈਗੇ ਆ। ਹੋਰ ਵੀ ਰੀਜਨ ਹੈਗੇ ਰਸੋਈ 'ਚੋਂ ਵੀ ਨਿਕਲਦਾ, ਇਕੱਲਾ ਕਿਸਾਨਾਂ ਦਾ 7% ਪ੍ਰਦੂਸ਼ਣ ਹੀ ਕਿਉਂ ਸਿਰ 'ਤੇ ਚੜ ਜਾਂਦਾ? ਅਸੀਂ ਕਹਿੰਦੇ ਇਹ ਵੀ ਨਹੀਂ ਕਰਦੇ ਹੈਗੇ, ਸਾਡੀ ਪਰਾਲੀ ਦਾ ਪਰਾਲੀ ਨੂੰ ਜ਼ਮੀਨ ਥੱਲੇ ਠੋਸ ਗਾਲਣ ਦਾ ਪ੍ਰਬੰਧ ਕਰ ਦਿਓ। ਧੱਕੇ ਨਾਲ ਪਰਚੇ ਪਾਓਗੇ, ਧੱਕੇ ਨਾਲ ਕਿਸਾਨਾਂ ਨੂੰ ਰੋਕੋਗੇ, ਵਿਰੋਧ ਕਰਾਂਗੇ। ਹਾਂ, ਇਹਦਾ ਕੋਈ ਵਿਗਿਆਨਕ ਹੱਲ ਕੱਢ ਲਓ, ਜਿਵੇਂ ਤੁਹਾਡੇ ਹੁਣ ਆਹ ਬੈਲਰ ਚੱਲ ਕੇ ਉਹ ਕੇਕ ਬਣ ਰਹੇ, ਉਹਦੇ ਨਾਲ ਕੁਛ ਹੱਲ ਲੱਗਾ, ਪਰ ਥੋੜ੍ਹਾ ਵਾ, ਬਾਹਲਾ ਨਹੀਂ ਹੈਗਾ। ਹਜੇ ਪੰਜਾਬ ਸਰਕਾਰ ਜਿਹੜੀ ਮਸ਼ੀਨਰੀ ਕਹਿੰਦੀ ਪਿੰਡ ਪਿੰਡ ਦੇਤੀ, ਉਹ ਵੀ ਨਹੀਂ ਆਈ ਹੈਗੀ। ਸੋ ਇਸ ਕਰਕੇ ਸਾਡੀਆਂ ਸਮੱਸਿਆ ਨੂੰ ਧਿਆਨ ਨਾਲ ਰਹੋ, ਧੱਕੇ ਨਾਲ ਹੱਲ ਕਰਨ ਦਾ ਯਤਨ ਨਾ ਕਰੋ, ਇਹਦੇ ਨਾਲ ਆਪਾਂ ਸਫਲ ਨਹੀਂ ਹੋਣਾ। ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਜੀ, ਹਜੇ ਤੁਹਾਡੀ ਮਿੱਲਾਂ ਦੀ ਤਿਆਰੀ ਕੋਈ ਨਹੀਂ ਹੈਗੀ, ਪਹਿਲਾ ਖੰਡ ਦਾ ਬਕਾਇਆ ਨਹੀਂ ਮਿਲਿਆ, ਉਹ ਮਿੱਲਾਂ ਸਮੇਂ ਸਿਰ ਚਲਾਓ, ਕਿਸਾਨ ਗੰਨਾ ਲੈ ਕੇ ਚੱਲ ਜਾਣ। ਤੁਹਾਡੇ ਸਾਹਮਣੇ ਸਮੱਸਿਆਵਾਂ ਖੜੀਆਂ ਨੇ। ਬਾਸਮਤੀ ਦੇ ਉੱਤੇ ਜਿਹੜੀ ਕੇਂਦਰ ਨੇ ਪਾਬੰਦੀ ਲਾਈ ਹੋਈ ਆ, ਉਹ ਪਾਬੰਦੀ ਵਾਪਸ ਲੈਣੀ ਚਾਹੀਦੀ ਆ, ਜਿਹੜੇ ਅੱਜ ਦੇ ਸੰਦਰਭ ਦੇ ਵਿੱਚ ਗੱਲਾਂ ਹੈਗੀਆਂ। ਔਰ ਇਹਦੋ ਕਹਾਂ, ਜਿੰਨੇ ਵੀ ਸਾਡੇ ਬੇਰੁਜ਼ਗਾਰ ਕਾਮੇ ਆ, ਚਾਹੇ ਠੇਕੇ ਵਾਲੇ ਆ, ਉਹ ਤੁਹਾਡੇ ਤੋਂ ਮੰਗ ਕਰਦੇ, ਤੁਸੀਂ ਰੋਜ਼ ਕੁੱਟਦੇ ਹੈਗੇ ਜੇ, ਇਹ ਕੁੱਟਣਾ ਬੰਦ ਕਰੋ, ਉਹਨਾਂ ਨੂੰ ਪੱਕੇ ਕਰੋ, ਉਹਨਾਂ ਨੂੰ ਰੁਜ਼ਗਾਰ ਦਿਓ, ਜਿਨ੍ਹਾਂ ਨਾਲ ਤੁਸੀਂ ਵਾਅਦਾ ਕਰਕੇ ਇਹ ਚੋਣਾਂ ਜਿੱਤੀਆਂ ਸੀਗੀਆਂ। ਸੋ ਆਉਣ ਵਾਲੇ ਸਮੇਂ 'ਚ ਭੈਣੋ ਅਤੇ ਭਰਾਓ, ਅਸੀਂ ਵੱਡਾ ਅੰਦੋਲਨ ਲੜਨਾ ਵਾ, ਧਿਆਨ ਨਾਲ 2-4 ਬੇਨਤੀਆਂ ਕਰਕੇ ਸਮਾਪਤ ਕਰਦੇ ਹਾਂ। ਇੱਕ ਤਾਂ ਕੋਈ ਸਟੇਜ ਨੂੰ ਸਹਾਇਤਾ ਦੇਣੀ ਹੋਊ, ਦੇ ਕੇ ਜਾਇਓ। ਇੱਕ ਚਾਹ ਬਣੀ ਹੋਈ ਆ, ਉਹ ਛੱਡਣੀ ਨਹੀਂ ਹੈਗੀ, ਲੇਟ ਕਰ ਲਈ ਸੀ ਵੀ ਲੇਟ ਹੋ ਰਹੇ ਹਾਂ ਇਹ ਪੀ ਕੇ। ਦੂਜਾ, ਇੱਥੋਂ ਸਟੇਜ ਤੋਂ ਨਾਰੇ ਵੱਜਣੇ ਆ, ਸਪੀਕਰ ਦੇ ਹਾਲ ਦਾ ਤਾਂ ਆਪਾਂ ਨੂੰ ਪਤਾ ਹੀ ਹੈ, ਥੋੜ੍ਹਾ ਢਿੱਲਾ ਵਾ। ਚਲੋ ਹੁਣ ਚੱਲਣ ਡਿਆ, ਇਹ ਚਲਾ ਕੇ ਇਹ ਨਾਰੇ ਇੱਥੋਂ ਵੱਜਣੇ, ਕਲੇਰਵਾਲਾ ਸਾਹਿਬ ਮਾਰਨਗੇ। ਇੱਕ ਡਿਸਿਪਲਨ ਲੱਗੇ, ਆ ਸਾਡਾ ਸਭ ਤੋਂ ਵਧੀਆ, ਜੇ ਵੱਡਾ ਕੁਝ ਸਾਥੋਂ ਹੈਗਾ ਤਾਂ ਆਹ ਡਿਸਿਪਲਨ ਹੈ ਵੀ ਜਿੱਥੇ ਅਸੀਂ ਕਹਿੰਦੇ ਆਪਣੇ ਕਿਸਾਨ ਨੂੰ ਖਲੋ ਜਾ, ਖਲੋ ਜਾਂਦਾ, ਜਿੱਥੇ ਕਹਿੰਦੇ ਬਹਿ ਜਾ, ਬਹਿ ਜਾਂਦਾ। ਇਹ ਸਾਡਾ ਡਿਸਿਪਲਨ ਜਾਪਤਾ ਸਿਰੇ ਦਾ ਹੈਗਾ। ਉਹ ਪੁਤਲੇ ਦੇ ਦੁਆਲੇ ਇੱਧਰਲੇ ਪਾਸੇ, ਹੁਣ ਜਦੋਂ ਲਾਈਨ ਲੱਗਣੀ ਕੋਈ ਬੀਬੀ, ਸਾਰੀਆਂ ਤਾਂ ਅੱਗੇ ਨਹੀਂ ਹੋ ਜਾਣੀਆਂ। ਜਿਹੜਾ ਅਸੀਂ ਪੁਤਲਾ ਬਣਾਇਆ ਬੱਸ ਦੇ
उरले पासे सारियां बीबियां होणगियां जिधरों इधरों सूरज आ रहा, समझ आ गई जी। दुआले दुआले खलोना आपां, उहदे पिछले बन्ने गोल घर आ ते 10-10 मीटर पछां खलोना। हुण उह जे उत्थे साडे आगू रौला पाउण, एड्डी वड्डी भीड़ आई आ, उहनूं डक्या जाऊगा कि नहीं डक्या? नहीं ना डक्या जाणा, नहीं डक्या जाणा। ਤਾਂ ਜਿਹੜੇ ਨਹੀਂ ਖਲੋਸੇ ਦੂਰ ਦੂਰ ਖਲੋ ਜਿਓ, ਉਹਦੇ ਦੁਆਲੇ ਦੁਆਲੇ ਬੱਸ ਤੋਂ ਫੋਟੋ ਲਾਉਣੀ ਆ ਵੀ ਕਿੱਡੀ ਸਾਡੀ ਗੈਦਰਿੰਗ ਆ। ਹਰ ਇੱਕ ਨੇ ਜਾਣਾ, ਇੱਕ ਦੋ ਕਿਸਾਨ ਆਗੂ ਜਾਣਗੇ ਅਸੀਂ ਅੱਗ ਲਾ ਦਾਂਗੇ ਉਹਨੂੰ, ਠੀਕ ਹੈ। ਉਹ ਕਿਤੇ ਡਿੱਗੇ ਨਾ ਵੱਡਾ ਪੁਤਲਾ, ਅਤੇ ਉਹਦੇ ਲਾਗੇ ਬਾਈਟ ਕਰ ਲਾਂਗੇ। ਬਾਈਟ ਕਰਨ ਤੋਂ ਬਾਅਦ ਪ੍ਰੋਗਰਾਮ ਹੋ ਜੂਗਾ। ਤੋ ਦੁਆਲੇ ਦੁਆਲੇ ਖਲੋਣਾ ਵਾ, ਉਹ 'ਚ ਨਾ ਅਸੀਂ ਰੌਲਾ ਪਾਉਂਦੇ ਰਹਿ ਜਾਈਏ ਵੀ ਦੱਸੋ ਵੀ ਠੀਕ ਆ ਕਿ ਗਲਤ। ਸਾਨੂੰ ਬੋਲਣਾ ਮਨਾ ਪਵੇ, ਐਂ ਵਧੀਆ ਤਰੀਕੇ ਨਾਲ ਪ੍ਰੋਗਰਾਮ ਹੋ ਜਾਵੇ। ਉਦੋਂ ਬਾਅਦ ਸਾਰਿਆਂ ਨੇ ਚਾਹ ਪੀ ਕੇ ਜਿਹੜਾ ਵਾ ਫਿਰ ਜਾਣਾ ਹੈਗਾ ਵਾ ਲਾਈਵ, ਇਸੇ ਤਰ੍ਹਾਂ ਆ ਲਾਈਵ ਮੁੰਡਾ ਪੂਰੇ ਦੇਸ਼ ਦੁਨੀਆ ਵਿੱਚ ਤੁਹਾਨੂੰ ਦਿਖਾ ਲਿਆ, ਮੋਬਾਈਲ ਇਵੇਂ ਚੱਲਦੇ ਰਹਿਣ ਦਿਓ, ਠੀਕ ਆ ਜੀ। ਅਤੇ ਹੁਣ ਅਸੀਂ ਪ੍ਰੋਗਰਾਮ ਇੱਥੋਂ ਬੰਦ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਚਲੇ ਜਾਓ, ਪਿੰਨ ਕੱਢ ਲਾ। ਕਾਰਵਾਈ ਜਿਹੜੀ ਆ ਉਹ ਸਾਡੀ ਸਮਾਪਤ ਹੋ ਚੁੱਕੀ ਆ, ਔਰ ਵੱਡੀ ਗਿਣਤੀ ਦੇ ਵਿੱਚ ਮਾਤਾਵਾਂ ਭੈਣਾਂ ਕਿਸਾਨ ਮਜ਼ਦੂਰ ਇੱਥੇ ਜੋ ਮੌਜੂਦ ਆ ਦੁਸਹਿਰਾ ਗਰਾਊਂਡ ਦੇ ਵਿੱਚ ਇਸ ਟਾਈਮ ਵੇਖ ਸਕਦੇ ਵੱਡੀ ਗਿਣਤੀ ਦੇ ਵਿੱਚ। ਔਰ ਹੁਣ ਇਸ ਤੋਂ ਬਾਅਦ ਵਿੱਚ ਜਿਹੜਾ ਬਦੀ ਦਾ ਪ੍ਰਤੀਕ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਕਾਰਪੋਰੇਟ ਘਰਾਣੇ ਅਤੇ ਕੇਂਦਰ ਦੀ ਮੋਦੀ ਸਰਕਾਰ ਹੈ ਜੋ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਸਾਰਿਆਂ ਵਾਸਤੇ ਜਿਹੜੇ ਆ ਉਹ ਬਦੀ ਦਾ ਪ੍ਰਤੀਕ ਆ, ਉਹਦਾ ਪੁਤਲਾ ਦਹਿਨ ਜਿਹੜਾ ਉਹ ਕਰਨ ਜਾ ਰਹੇ ਹਾਂ। ਸੋ ਜਲਦੀ ਤੋਂ ਜਲਦੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਈਏ ਤਾਂ ਕਿ ਜਿਹੜੀ ਸਾਡੀ ਆਵਾਜ਼ ਆ
वह दुनिया के बख बख कोने तक जाए। और यह जोड़ा प्रोग्राम है पूरे भारत पद्धर देते 6 स्टेटा इस टाइम देते हो रहा, पंजाब हरियाणा राजस्थान हिमाचल कर्नाटक मध्य प्रदेश इन स्टेटा के जोड़ा प्रोग्राम जोड़े आवकारी पतले जोड़े बना के वह दहन किए जा रहे हैं। सो भारत पद्धर के उत्ते जोड़ा प्रोग्राम आता जा रहा और हजार लखां लखां की गिणती के जोड़े किसान मजदूर वक् वक् स्टेटा के वह कट्ठे हुए आ और पंजाब 12 जगह के उत्ते किसान मजदूर संघर्ष कमेटी पंजाब वालों जोड़ा प्रोग्राम आता जा रहा वक् वक् जथेबंदियों वालों बाकिया जथेबंदियों वालों भी 14 जिले के जोड़ा प्रोग्राम 15 जिले किया जा रहा 5 जिले के हरियाणे के जोड़ा प्रोग्राम किया जा रहा और 6 स्टेटा के जी जी अज किसान मजदूर दशहरा जोड़ा आ मनाया जा रहा और अमृतसर की इस वे जी लाइव तस्वीर आ जी वेख रहे जी इधरली साइड से स्टेज चल रही थी सवेर तो लैके साधन खड़े हुए आ और किसान मजदूर मातावान भैन जो इस टाइम के उत्ते जोड़ा पुतला दहन आखण वास्ते जोड़े आ खड़े हुए और बदी का असली प्रतीक केंद्र की मोदी सरकार ते कारपोरेट घराने जेड़े टाइम के उत्ते रावण ने जेड़े रावण के हथों जेड़े काम नहीं सी होए वह सरकार दे विच होए आ। सो असल मातावां भैणां दी जेड़ी इज्जत आ वह इस सरकार दे विच आ के रुली आ, इस करके किसान भी त्रसते आ मजदूर भी त्रसते आ, हाहाकार मची आ, घट गिणतियां जिहड़ियां वह खतरे महसूस कर रही खुद नूं। सो इस करके असल बदी का जिहड़ा प्रतीक आ वह इस टाइम दिता है, तुम अपने कैमरे से वेख सकते कि मोदी सरकार के कारपोरेट घराने के रूप में पिछे लैके जाओ झंडे वाले पिछे कराओ झंडे पिछे लाए सारे झंडे झंडे वाले मगर लाए पिछो फोटो चाहिए आना इन्होंने पिछे लैके जाओ इधर नहीं आना कोई बीबिया पिछे खड़ो यार पिछो खाली है सर आना ही नहीं आना ही नहीं है फोटो पिछे आनी है उरे आ जाओ आप सट लगू यार लोहा दोरे सीधा होना आप सट लगूगी इधर आ जाओ यार लेडी सगो उधर लैके जाओ पता नहीं कौन है इधर आ जाओ बीबी खड़ा हां बीबी और थोड़ी लगती है हां पीछे कर दो यार बदला बंदे और पीछे आ जाओ उधर परे हवा तेज हो गई खाली जगह खाली क्या कर दो फायदा की होगा उधर करो उधर वेखो पिछले बने तक कितने अपना खिलारा फायदा कख नहीं देना है नहीं जिन्हें फोटो लैनी नहीं होगा उधरों को लावा
ਚੱਪਾ ਜੀ ਲਾਣੇ ਲਾਓ ਅੱਗ ਲਾਓ ਇੱਥੇ ਆਣ ਕੇ ਵੇਖ ਲੋ ਇੱਕ ਵਾਰੀ ਮੈਂ ਕਿਹਾ ਵੀਰੇ ਮਾਈਂਡ ਦੇ ਆਈਡੀਆ ਨਾਲ ਚੱਲਣ ਜਾਗਦਾ ਇੱਕੋ ਮਾਈਂਡ ਦੇ ਕੋ ਬੰਦਿਆਂ ਦੇ ਚਲੋ ਬੁੱਕਾ 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 ਕਰੋ 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 ਤੇਰੀ ਗੱਲ ਠੀਕ ਆ ਸਾਨੂੰ ਕੀ ਬਣਨੀ ਲੱਗਣੀ ਹੈ ਸਤਿ ਸ਼੍ਰੀ ਅਕਾਲ ਜੀ।